ਤੁਸੀਂ ਇੱਕ ਵਾਰੀ ਚੁਣ ਕੇ ਭੇਜ ਦਿੰਦੇ ਹੋ, ਉਹਦਾ ਫਰਜ਼ ਹੁੰਦਾ ਕਿ ਉਹ 5 ਸਾਲ ਤੁਹਾਡੀ ਸੇਵਾ ਕਰੇ। ਪਰ ਇੱਥੋਂ ਦਾ ਨੁਮਾਇੰਦਾ ਇੰਨਾ ਗਲਤ ਚੁਣਿਆ ਗਿਆ, ਅਸੀਂ ਮਾਫ਼ੀ ਵੀ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ ਤੋਂ ਇੱਕ ਗਲਤ ਬੰਦੇ ਤੁਹਾਨੂੰ ਦਿੱਤਾ ਗਿਆ, ਜਿਹਦੇ ਕਰਕੇ ਤੁਹਾਨੂੰ ਦਿੱਕਤ ਵੀ ਆਈ, ਤੁਹਾਡੇ ਏਰੀਏ ਦਾ ਵਿਕਾਸ ਵੀ ਨਹੀਂ ਹੋ ਸਕਿਆ। ਪਰ ਪਰਮਾਤਮਾ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਕਿ 2.5 ਸਾਲਾਂ ਦੇ ਸਮੇਂ 'ਚ ਸਾਨੂੰ ਪਤਾ ਲੱਗ ਗਿਆ ਕਿ ਇਸ ਬੰਦੇ ਨੇ ਕੰਮ ਕੋਈ ਨਹੀਂ ਕਰਨਾ, ਅਤੇ ਉਹ ਆਪ ਹੀ ਪਾਰਟੀ ਛੱਡ ਕੇ ਭੱਜ ਗਿਆ, ਸਾਨੂੰ ਕੱਢਣ ਦੀ ਵੀ ਲੋੜ ਨਹੀਂ ਪਈ। ਸੋ ਆਪਣੇ ਕੋਲ ਅਜੇ 2.5 ਸਾਲ ਦਾ ਬਹੁਤ ਲੰਬਾ ਸਮਾਂ ਬਾਕੀ ਹੈ, ਪੰਜਾਬ 'ਚ ਆਪਦੀ ਸਰਕਾਰ ਹੈ, ਜਿੰਨਾ ਕਹੋਗੇ ਇੱਥੇ ਕੰਮ ਕਰਾਵਾਂਗੇ, ਜਿੰਨੀਆਂ ਗਰਾਂਟਾਂ ਚਾਹੀਦੀਆਂ ਹੋਣਗੀਆਂ ਗਰਾਂਟਾਂ ਲੈ ਕੇ ਆਵਾਂਗੇ, ਜਿਹੜਾ ਵਿਕਾਸ ਕਾਰਜ ਤੁਸੀਂ ਸਾਨੂੰ ਦੱਸੋਗੇ ਅਸੀਂ ਉਹਦੇ 'ਚ ਪੂਰਾ ਹਿੱਸਾ ਪਾਵਾਂਗੇ ਅਤੇ ਤੁਹਾਡੇ ਏਰੀਏ ਦਾ ਵਿਕਾਸ ਕਰਾਵਾਂਗੇ। ਜੇ ਆਪਾਂ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੇ ਕੰਮਾਂ ਦੀ, ਤੁਸੀਂ 2022 'ਚ ਮੁੱਖ ਮੰਤਰੀ ਸਾਹਿਬ ਨੂੰ ਵੋਟਾਂ ਪਾ ਕੇ CM ਬਣਾਇਆ ਸੀ, ਤੁਸੀਂ ਬਹੁਤ ਆਸਾਂ ਉਮੀਦਾਂ ਨਾਲ ਬਣਾਇਆ ਸੀ, ਅਤੇ ਮੁੱਖ ਮੰਤਰੀ ਸਾਹਿਬ ਵੀ ਤੁਹਾਡੀਆਂ ਆਸਾਂ ਉਮੀਦਾਂ 'ਤੇ ਮੈਨੂੰ ਲੱਗਦਾ ਪੂਰੀ ਮਿਹਨਤ ਕਰ ਰਹੇ ਨੇ ਕਿ ਖਰਾ ਉਤਰ ਸਕਣ। ਉਹ ਦਿਨ ਰਾਤ ਨਹੀਂ ਦੇਖਦੇ, ਸਿਰਫ ਉਹਨਾਂ ਦਾ ਇੱਕੇ ਟੀਚਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ। ਜਿਹੜਾ ਸਭ ਤੋਂ ਵੱਡਾ ਵਾਅਦਾ ਕਰਿਆ ਸੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ 600 ਯੂਨਿਟ ਬਿਜਲੀ ਹਰ ਘਰ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਮਿਲੂਗੀ, ਅੱਜ ਤੁਹਾਨੂੰ ਸਾਰਿਆਂ ਨੂੰ ਮਿਲ ਰਹੀ ਹੈ। ਦੂਜਾ ਵੱਡਾ ਵਾਅਦਾ ਸੀਗਾ ਵੀ ਸਿਹਤ ਸੁਵਿਧਾਵਾਂ ਜਿਹੜੀਆਂ ਨੇ ਉਹ ਮੁਹੱਈਆ ਕਰਾਈਆਂ ਜਾਣਗੀਆਂ, ਕਿਉਂਕਿ ਆਪਾਂ ਦਿੱਲੀ 'ਚ ਦੇਖਦੇ ਸੀਗੇ ਕਿ ਮੁਹੱਲਾ ਕਲੀਨਿਕ ਬਣੇ ਹੋਏ ਨੇ। ਪੰਜਾਬ ਦੀ ਵੀ ਮੰਗ ਸੀ ਵੀ ਆਪਣੇ ਹਲਕਿਆਂ 'ਚ ਮੁਹੱਲਾ ਕਲੀਨਿਕ ਬਣਨ ਤਾਂ ਜੋ ਸਾਡੇ ਮਾਵਾਂ ਭੈਣਾਂ ਬਜ਼ੁਰਗ ਆਪਦਾ ਇਲਾਜ ਕਰਾ ਸਕਣ। ਅੱਜ ਹਰ ਹਲਕੇ ਨੂੰ ਮੈਨੂੰ ਲੱਗਦਾ 5-5, 7-7 ਮੁਹੱਲਾ ਕਲੀਨਿਕ ਮਾਨ ਸਾਹਿਬ ਨੇ ਪ੍ਰੋਵਾਈਡ ਕਰਾਏ ਨੇ, ਜਿੱਥੇ ਬਿਨਾਂ ਕਿਸੇ ਪੈਸੇ ਤੋਂ ਫ੍ਰੀ ਇਲਾਜ ਹੋ ਰਿਹਾ ਅਤੇ ਫ੍ਰੀ 'ਚ ਦਵਾਈਆਂ ਵੀ ਮਿਲ ਰਹੀਆਂ। ਤੀਜਾ ਵੱਡਾ ਵਾਅਦਾ ਸੀਗਾ ਵੀ ਆਪਣੀ ਐਜੂਕੇਸ਼ਨ ਹੈ ਜਿਹੜਾ ਉਹਦਾ ਸਤਰ ਚੱਕਿਆ ਜਾਊਗਾ, ਐਜੂਕੇਸ਼ਨ ਹਰ ਬੱਚੇ ਨੂੰ ਇੱਕ ਜਿਹੀ ਮਿਲੂਗੀ, ਕੋਈ ਅਮੀਰ ਗਰੀਬ ਦਾ ਆਪਾਂ ਫਰਕ ਨਹੀਂ ਕਰਨਾ, ਕੋਈ ਜਾਤ ਪਾਤ ਦਾ ਆਪਾਂ ਫਰਕ ਨਹੀਂ ਕਰਨਾ। ਅੱਜ ਤੁਸੀਂ ਦੇਖਿਆ ਹੋਊਗਾ ਸਰਕਾਰੀ ਸਕੂਲ ਨੇ ਜਿਹੜੇ ਉਹਨਾਂ ਦਾ ਵੀ ਸਤਰ